ਲਓ ਜੀ, ਅੱਜ ਕਸੋਲੀ ਸਾਡਾ ਦੂਜਾ ਦਿਨ ਹੈ ਅਤੇ ਸਵੇਰੇ ਸਵੇਰੇ ਅਸੀਂ ਬ੍ਰੇਕਫਾਸਟ ਵਾਸਤੇ ਬਿਲਕੁਲ ਰੈਡੀ। ਭਾਈ ਸਾਹਿਬ ਜਾ ਰਹੇ ਨੇ ਤਾਂ ਦੂਜੀ ਸਾਡੀ ਟੀਮ ਥੱਲੇ ਪਹੁੰਚ ਚੁੱਕੀ। ਕਿੰਨੀ ਵਧੀਆ ਲੋਕੇਸ਼ਨ ਹੈ, ਕਿੰਨੀ ਹਰਿਆਲੀ ਹੈ ਇੱਥੇ। ਚੰਡੀਗੜ੍ਹ ਤੋਂ ਪਰਮਾਣੂ ਆਈਏ ਤੇ ਉੱਤੋਂ ਨਾਲ ਜਾਂਦੇ ਕੋਲ ਜਿੰਨਾ ਵੀ ਟਾਈਮ ਮਿਲੇ ਇਹ ਤੋਂ ਦਿਨ ਦਿਨ ਵੀ ਉਸ ਜਾ ਸਕਦਾ ਥੋੜਾ ਬਹੁਤਾ ਟਾਈਮ ਪੇਸ਼ਾ ਆਉਂਦੇ ਹੋ ਵੀ ਇੰਨੇ ਸੰਦ ਹੋਣੇ ਚਾਹੀਦੇ ਨੇ ਖੇਤੀ ਵਾਸਤੇ। ਇਹ ਤੁਹਾਡੇ ਕੋਲ ਬੰਦੇ ਨੇ ਫਿਰ ਤੁਸੀਂ ਦਿਲ ਛੱਡ ਜਾਂਦੇ ਹੋ, ਪਰ ਇੰਨਾ ਦਾ ਦਿਲ ਵੇਖੋ, ਆਹ ਵੇਖੋ ਇੱਥੇ ਕੋਈ ਟਰੈਕਟਰ ਜਿਹੜਾ ਆਪਾਂ ਹਿਮਾਚਲ ਦੇ ਆਲੂ ਹਿਮਾਚਲ ਦੀ ਆਹ ਚੀਜ਼ ਹਿਮਾਚਲ ਦੀ ਆਹ ਚੀਜ਼ ਆਪਾਂ ਸੋਚਦੇ ਵੀ ਕਿਵੇਂ ਆਉਂਦੀ ਹੈ। ਹੈਲੋ ਜੀ, ਹੁਣ ਅਸੀਂ ਮਤਲਬ ਕਸੋਲੀ ਦੇ ਅਤੇ ਘੁੰਮ ਫਿਰ ਕੇ ਅਸੀਂ ਹੁਣ ਉੱਥੋਂ ਵਾਪਸ ਚੱਲੇ ਹਾਂ ਅਤੇ ਹੁਣ ਥੱਲੇ ਵੇਹਨੇ ਹਾਂ ਜਾ ਕੇ ਕੋਈ ਰੂਮ ਲੈ ਕੇ ਅਤੇ ਰਾਤ ਇੱਥੇ ਇੰਜੋਏ ਕਰਾਂਗੇ ਅਤੇ ਵਾਪਸੀ ਸਵੇਰੇ ਵੇਹਨੇ ਹਾਂ। ਕਿੱਥੋਂ ਦਾ ਟੂਰ ਹੈ, ਅੱਗੇ ਸ਼ਿਮਲੇ ਜਾਂਦੇ ਹਾਂ ਤਾਂ ਜਿਵੇਂ ਦਾ ਵੀ ਪ੍ਰੋਗਰਾਮ ਹੋਇਆ ਬਾਕੀ ਤੁਹਾਨੂੰ ਸਵੇਰੇ ਦੱਸਾਂਗੇ। ਅਤੇ ਮੇਰੇ ਖਿਆਲ 'ਚ ਬਹੁਤ ਵਧੀਆ ਮਤਲਬ ਸ਼ਹਿਰ ਹੈ ਅਤੇ ਮਾਲ ਰੋਡ ਵੀ ਬਹੁਤ ਵਧੀਆ, ਜ਼ਰੂਰ ਆਓ ਟਾਈਮ ਕੱਢ ਕੇ, ਥੋੜ੍ਹਾ ਬਹੁਤਾ ਜ਼ਰੂਰ ਆਓ। ਸ਼ਾਇਦ ਤੁਸੀਂ ਆਏ ਵੀ ਹੋਵੋ ਪਰ ਫਿਰ ਸਾਡੇ ਅਸੀਂ ਵੀ ਤੁਹਾਨੂੰ ਦੁਬਾਰਾ ਨੇ ਕਿ ਦੁਬਾਰਾ ਵੀ ਥੋੜ੍ਹਾ ਬਹੁਤਾ ਟਾਈਮ ਕੱਢ ਕੇ ਇੱਕ ਵਾਰੀ ਜ਼ਰੂਰ ਆਓ ਕਿਉਂਕਿ ਜ਼ਿੰਦਗੀ 'ਚ ਘੁੰਮਣਾ ਫਿਰਨਾ ਵੀ ਬਹੁਤ ਜ਼ਰੂਰੀ ਹੈ। ਚਲੋ ਮਿਲਦੇ ਹਾਂ ਸਵੇਰੇ ਬ੍ਰੇਕ ਤੋਂ ਬਾਅਦ। ਲਓ ਜੀ, ਸਵੇਰ ਦਾ ਟਾਈਮ ਹੋ ਗਿਆ, ਗੁੱਡ ਮਾਰਨਿੰਗ ਦੀ ਚਾਹ ਤਿਆਰ। ਦੋ ਸਾਡੇ ਵੀਰ ਵੇਖੋ ਬੈਠੇ ਆ ਚੌਂਕੜੀਆਂ ਮਾਰ ਕੇ। ਲਓ ਜੀ, ਅੱਜ ਕਸੋਲੀ ਸਾਡਾ ਦੂਜਾ ਦਿਨ ਹੈ ਅਤੇ ਸਵੇਰੇ ਸਵੇਰੇ ਅਸੀਂ ਬ੍ਰੇਕਫਾਸਟ ਵਾਸਤੇ ਬਿਲਕੁਲ ਰੈਡੀ ਹਾਂ ਅਤੇ ਤੁਸੀਂ ਵੇਖ ਸਕਦੇ ਹੋ ਵੀ ਥੋੜ੍ਹੀ ਮਿਹਨਤ ਦੇ ਨਾਲ ਕਿੰਨਾ ਸੋਹਣਾ ਆਪਾਂ ਘਰ ਵੀ ਕਰ ਸਕਦੇ ਹਾਂ। ਵੇਖੋ ਕਿੱਡੇ ਵਧੀਆ ਫੁੱਲ ਬੂਟੇ ਨੇ। ਹੋਰ ਸਭ ਤੋਂ ਮੇਨ ਚੀਜ਼ ਵੇਖੋ ਕਿ ਇਹਨਾਂ ਬੰਨਿਆ ਹੋਇਆ ਨਹੀਂ, ਇਹਨੂੰ ਇਹਦੇ ਨਾਲ ਹੀ ਪੂਰਾ ਸਹੀ ਕੰਮ ਕੀਤਾ, ਨਾ ਬੰਨਣਾ ਪਿਆ ਇਹਨੂੰ, ਨਾ ਵੇਸਟਿੰਗ ਜਿਹੜੀਆਂ ਬੋਤਲਾਂ ਸਨ ਉਹ ਹੀ ਕੰਮ ਆਈਆਂ ਨੇ ਅਤੇ ਤੁਸੀਂ ਵੀ ਆਪਣੇ ਘਰ ਹੀ ਕੰਮ ਕਰ ਸਕਦੇ ਹੋ। ਅਤੇ ਇਸ ਟਾਈਮ ਪਹਾੜੀਆਂ ਦੇ ਥੋੜ੍ਹੇ ਜਿਹੇ ਨਜ਼ਾਰੇ ਵੇਖੋ, ਇਸ ਟਾਈਮ ਇੱਥੋਂ ਚੰਡੀਗੜ੍ਹ ਵੀ ਦਿਸਦਾ ਪਿਆ ਪੂਰਾ, ਪਰ ਥੋੜ੍ਹੇ ਜਿਹੇ ਬੱਦਲ ਹੋਣ ਸਦਕਾ ਸਾਹਮਣੇ ਸਾਫ਼ ਨਹੀਂ ਆਉਂਦਾ ਪਿਆ। ਜਿਵੇਂ ਜਿਵੇਂ ਥੋੜ੍ਹੇ ਜਿਹੇ ਬੱਦਲ ਹਟੇਗਾ ਤਾਂ ਅਸੀਂ ਤੁਹਾਨੂੰ ਦੁਬਾਰਾ ਇੱਥੋਂ ਦਰਸ਼ਨ ਕਰਾਵਾਂਗੇ ਅਤੇ ਬੜਾ ਮਜ਼ਾ ਆਇਆ ਰਾਤ ਅਤੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਤੁਸੀਂ ਵੀ ਆਓ ਇੱਕ ਵਾਰੀ ਜ਼ਰੂਰ, ਕੋਈ ਖਾਸ ਵੱਡੀ ਗੱਲ ਨਹੀਂ। ਆਹ ਵੇਖੋ ਕਿੰਨੀ ਖੂਬਸੂਰਤੀ ਹੈ, ਬਹੁਤ ਵਧੀਆ ਲੱਗਦਾ ਪਿਆ ਅਤੇ ਸਵੇਰੇ ਸਵੇਰੇ ਥੋੜ੍ਹਾ ਜਿਹਾ ਹੋਰ ਵੀ ਵਧੀਆ ਲੱਗ। ਲਓ ਜੀ, ਅਸੀਂ ਆ ਗਏ ਹੁਣ ਬ੍ਰੇਕ ਪੁਆਇੰਟ 'ਤੇ ਅਤੇ ਇੱਥੇ ਤੁਸੀਂ ਆਣ ਕੇ ਦੇਖ ਸਕਦੇ ਹੋ, ਫੈਮਿਲੀ ਦੇ ਨਾਲ ਆ ਸਕਦੇ ਹੋ, ਘੁੰਮ ਸਕਦੇ ਹੋ।
ਖਾਸ ਕਰਕੇ ਤੁਸੀਂ ਫੈਮਿਲੀ ਨਾਲ ਆ ਸਕਦੇ, ਬਿਨਾਂ ਫੈਮਿਲੀ ਤੋਂ ਨਹੀਂ ਆ ਸਕਦੇ। ਹਾਂਜੀ ਆ ਵੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਜਗ੍ਹਾ ਹੈ। ਇਹ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਐਵੇਂ ਦਾ ਕੰਮ ਬਣ ਜਾਣਾ, ਸਾਡੇ ਕੋਲ ਵੀ ਐਵੇਂ ਦਾ ਹੋ ਜਾਏ, ਪਰ ਜੇ ਸਾਡੇ ਕੋਲ ਐਵੇਂ ਦਾ ਸਾਰਾ ਸਿਸਟਮ ਹੋ ਜਾਏ ਤਾਂ ਆਪਾਂ ਇੱਥੇ ਕਿਉਂ ਆਈਏ? ਅਸੀਂ ਆਹ ਚੀਜ਼ਾਂ ਵੇਖਣ ਵਾਸਤੇ ਆਉਂਦੇ ਹਾਂ। ਆਹ ਚੀਜ਼ ਵੇਖ ਸਕਦੇ ਹੋ ਤੁਸੀਂ, ਅੱਜ ਇਹ 92 'ਚ 85 ਤੋਂ ਲੈ ਕੇ 92-95 ਤੱਕ ਤੁਹਾਨੂੰ ਵੇਖਿਆ ਹੋਣਾ, ਅੱਜ ਵੀ ਇੱਥੇ ਮੌਜੂਦ ਹੈ। ਚਲੋ ਤੁਹਾਨੂੰ ਅੱਗੇ ਲੈ ਚੱਲਦੇ ਹਾਂ। ਪਹਿਲਾਂ ਤੁਸੀਂ ਹਰੇ ਲਓ ਜੀ, ਅਸੀਂ ਇੱਕ ਜਗ੍ਹਾ ਹੁਣ ਇੱਥੇ ਰੁਕੇ ਹਾਂ। ਇਹ ਜਿਹੜੀ ਹੈ ਜਗ੍ਹਾ ਦਾ ਨਾਮ ਹੈ ਵਧੀਆ। ਦੇਖੋ ਮੌਸਮ ਮੌਸਮ ਬਹੁਤ ਵਧੀਆ ਹੈ, ਬਾਰਿਸ਼ ਦਾ ਆਨੰਦ ਲੈ ਰਹੇ ਨੇ। ਅਤੇ ਇੱਧਰ ਆਪਣੇ ਵੀਰ ਬੈਠੇ ਹੈ, ਭਾਈ ਸਾਹਿਬ ਪ੍ਰੋਫੈਸਰ ਗਰਾਇਆ ਸਾਹਿਬ, ਇਹ ਨੇ ਇੱਥੋਂ ਦੇ ਓਨਰ ਹੈ। ਚਲੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਮਾਊਂਟੇਨ ਵਿਸਟਾ ਤਾਂ ਇੱਥੇ ਆਪਣੇ ਕੋਲ ਕਿਹੜੀ ਕੀ ਫੈਸਿਲਿਟੀ ਹੈ ਤੁਸੀਂ ਥੋੜ੍ਹਾ ਦੱਸੋਗੇ ਸਾਨੂੰ? ਹਮਾਰੇ ਪਾਸ ਸਵੀਮਿੰਗ ਪੂਲ ਹੈ ਔਰ ਵਾਟਰ ਗਾਰਡਨ ਹੈ। ਹਾਂਜੀ, ਤਾਂ ਤੁਸੀਂ ਇਹਨਾਂ ਦੇ ਇੱਕ ਘੰਟਾ ਤੁਹਾਡਾ ਪ੍ਰਾਈਜ਼ ਦੱਸ ਦਿਓ। 200 ਰੁਪਏ ਪਰ ਬੰਦਾ ਇੱਕ ਘੰਟਾ। ਅੱਛਾ ਜੀ, ਇੱਕ ਘੰਟੇ ਵਾਸਤੇ 200 ਰੁਪਏ। ਖਾਣ ਪੀਣ ਦੀ ਕੀ ਫੈਸਿਲਿਟੀ ਆਪਣੇ ਕੋਲ? ਜੀ ਜੀ ਜੀ, ਮਨਚੂਰੀਅਨ ਹੈ, ਹਿੰਦੀ ਦੀ ਪਲੇਟੋ ਹੈ, ਸਾਰਾ ਕੁਝ ਹੈ। ਹਾਂਜੀ, ਇਹ ਅਸੀਂ ਇੱਥੋਂ ਚੱਲ ਪਏ ਹਾਂ। ਦੇਖੋ ਭਰਾ ਜੀ ਥੱਲੇ ਦੇਖ ਰਹੇ ਨੇ, ਸਵੀਮਿੰਗ ਪੂਲ ਵਿੱਚ ਨਹਾਉਣ ਵਾਸਤੇ ਪੂਰੀ ਤਿਆਰੀ ਕਰ ਰਹੇ ਨੇ। ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ, ਬਾਰਿਸ਼ ਪਹਿਲਾਂ ਥੋੜ੍ਹੀ ਤੇਜ਼ ਸੀ ਤਾਂ ਹੁਣ ਥੋੜ੍ਹੀ ਘੱਟ ਹੋ ਗਈ ਹੈ। ਤਾਂ ਇਹ ਦੇਖੋ ਜੀ, ਕਿੰਨਾ ਦੇਖੋ ਜੀ ਨੇਚਰ, ਕਿੰਨੀ ਹਰਿਆਲੀ ਹੈ ਇਸ ਜਗ੍ਹਾ 'ਤੇ। ਅਤੇ ਭਾਈ ਸਾਹਿਬ ਜਾ ਰਹੇ ਨੇ ਤਾਂ ਦੂਜੀ ਸਾਡੀ ਟੀਮ ਥੱਲੇ ਪਹੁੰਚ ਚੁੱਕੀ ਹੈ। ਹਾਂਜੀ, ਇਹ ਦੇਖੋ ਜੀ ਇਹਨਾਂ ਦਾ ਸਵੀਮਿੰਗ ਪੂਲ, ਕਿੰਨੀ ਵਧੀਆ ਲੋਕੇਸ਼ਨ ਹੈ, ਕਿੰਨੀ ਹਰਿਆਲੀ ਹੈ ਇੱਥੇ ਨੇਚਰ। ਕਦੀ ਵੀ ਤੁਸੀਂ ਆਉਂਦੇ ਹੋ, ਇਹ ਜਗ੍ਹਾ ਪੈਰਾਡਾਈਜ਼ ਵੈਲੀ ਦੇ ਨਾਮ ਤੋਂ ਹੈ ਇੱਥੇ। ਤਾਂ ਇਸ ਜਗ੍ਹਾ 'ਤੇ ਤੁਹਾਨੂੰ ਕਾਫੀ ਸਾਰੇ ਸਵੀਮਿੰਗ ਪੂਲ ਅਤੇ ਨੈਚੁਰਲ ਝਰਨੇ ਵੀ ਤੁਹਾਨੂੰ ਮਿਲ ਜਾਣਗੇ। ਭਈਆ ਜ਼ਿੰਦਗੀ ਦੇ ਆਨੰਦ ਨਜ਼ਾਰੇ ਹੋਏ ਹੋਏ ਹੋਏ, ਜਿਹੜੇ ਮੈਂ ਮਿਸ ਕਰ ਰਿਹਾ। ਇਹਨਾਂ ਮੈਨੂੰ ਬਣਾਤਾ ਕੈਮਰਾਮੈਨ ਕਿ ਮੈਂ ਬੜਾ ਸਿਆਣਾ ਕੈਮਰਾਮੈਨ। ਵਾਹ ਜੀ ਵਾਹ ਜੀ ਵਾਹ ਜੀ। ਪ੍ਰੋਫੈਸਰ ਸਾਹਿਬ ਜੀਤ ਗਏ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਇਹ ਬਿਲਕੁਲ ਚੰਡੀਗੜ੍ਹ ਤੋਂ ਪਰਮਾਣੂ ਆਈਏ ਅਤੇ ਉੱਥੋਂ ਨਾਲ ਜਾਂਦੇ ਕਿ ਇਹ ਬੜਾ ਵਧੀਆ ਜਗ੍ਹਾ। ਪਰਮਾਣੂ ਥੋੜ੍ਹਾ ਅੱਗੇ ਵੇ ਅਤੇ
ਇੱਥੇ ਸਾਰੇ ਸੱਜਣ ਮਿੱਤਰ ਆਏ ਹਨ, ਇੰਨਾ ਆਨੰਦ, ਇੰਨੀ ਸ਼ਾਂਤੀ, ਇੰਨਾ ਮਤਲਬ ਜ਼ਿੰਦਗੀ ਦਾ ਸਵਾਦ ਆਇਆ, ਜਿਹੜੇ ਕੁਛ ਪਲ ਅਸੀਂ ਨਹੀਂ ਜੀ ਰਹੇ ਉਹ ਜੀਣ ਦਾ ਸਵਾਦ ਹੈ। ਤੇ ਮੇਰੇ ਖਿਆਲ ਤੁਹਾਡੇ ਕੋਲ ਜਿੰਨਾ ਵੀ ਟਾਈਮ ਮਿਲੇ ਇਹ ਤੋਂ ਦਿਨ ਦਿਨ ਵੀ ਉਸ ਜਾ ਸਕਦੇ, ਥੋੜਾ ਬਹੁਤਾ ਟਾਈਮ ਜ਼ਰੂਰ ਕੱਢੋ। ਜ਼ਰੂਰੀ ਤੁਸੀਂ ਕਿ ਇੰਨਾ ਜ਼ਿਆਦਾ ਟਾਈਮ ਕੱਢੋ, ਤੁਸੀਂ ਹਮੇਸ਼ਾ ਸੋਚਦੇ ਰਹੋ ਕਿ ਕਦੋਂ ਛੁੱਟੀਆਂ ਹੋਣਗੀਆਂ, ਕਦੋਂ ਬੱਚਿਆਂ ਦੀਆਂ ਛੁੱਟੀਆਂ ਹੋਣਗੀਆਂ, ਇਹ ਟਾਈਮ ਟਾਈਮ ਹੀ ਲੰਘਦਾ ਰਹਿੰਦਾ, ਟਾਈਮ ਤੋਂ ਟਾਈਮ ਹੀ ਕੱਢਣਾ ਪੈਂਦਾ। ਥੋੜ੍ਹਾ ਜਿਹਾ ਟਾਈਮ ਕੱਢੋ ਅਤੇ ਇੰਜੋਏ ਕਰੋ। ਆਹ ਤੁਸੀਂ ਵਹਿੰਦੇ ਹੋ ਪਏ, ਆਹ ਸਾਰੇ ਕਿੰਨਾ ਇੰਜੋਏ ਕਰਦੇ ਨੇ ਪਿਆ। ਸਭ ਤੋਂ ਪਹਿਲਾਂ ਤਾਂ ਅੱਗੇ ਬੜੀ ਵਾਰੀ ਇਹ ਗੱਲ ਹੋ ਗਈ, ਪਹਿਲਾਂ ਵੀ ਹੋ ਗਈ ਹੈ ਕਿ ਹਰਿਆਲੀ ਵੇਖੋ। ਇਹ ਹਰਿਆਲੀ ਦੇ ਨਾਲ ਨਾਲ ਤੁਹਾਨੂੰ ਪਤਾ ਡਾਕਟਰ ਆਉਂਦੇ ਨੇ ਵੀ ਥੋੜ੍ਹਾ ਬਹੁਤ ਘੁੰਮੋ ਫਿਰੋ, ਸੈਰ ਕਰੋ, ਉਹੀ ਸਾਰੀਆਂ ਚੀਜ਼ਾਂ ਨੇ ਵੇਖਿਆ ਜੀ। ਥੋੜ੍ਹਾ ਨਿਗਾਹ ਮਾਰੋ, ਬਿਲਕੁਲ ਰੱਬ ਦੇ ਨਾਲ ਪਹਾੜੀ ਲੱਗੀ ਹੋਈ ਹੈ। ਇੱਥੋਂ ਇੰਝ ਲੱਗਦਾ ਜਿਵੇਂ ਰੱਬ ਕਿੰਨੀਆਂ ਕਿੰਨੀਆਂ ਵਧੀਆ ਚੀਜ਼ਾਂ ਥੱਲੇ ਦਿੰਦਾ ਪਿਆ ਸਾਨੂੰ ਜਿਉਣ ਵਾਸਤੇ। ਜਿਹੜਾ ਸਾਰੇ ਲੋਕਾਂ ਨੇ ਸਾਰੇ ਆਪਣੇ ਖਤਮ ਕਰ ਦਿੱਤੀਆਂ ਨੇ ਨਾ, ਆਹ ਵੇਖੋ ਇੰਜੋਏ ਕੀਤਾ, ਆਹ ਵੇਖੋ ਕਿੰਨਾ ਸੋਹਣਾ ਇਹ ਪਹਾੜਾਂ ਦਾ ਪਾਣੀ ਹੈ। ਤੁਸੀਂ ਇੱਕ ਨਾਓ ਸ਼ਾਇਦ ਤੁਹਾਡੀਆਂ ਕਿੰਨੀਆਂ ਬਿਮਾਰੀਆਂ ਘੱਟ ਹੋ ਜਾਣਗੀਆਂ। ਤੁਸੀਂ ਹਮੇਸ਼ਾ ਆਉਂਦੇ ਹੋ ਵੀ ਇੰਨੇ ਸੰਦ ਹੋਣੇ ਚਾਹੀਦੇ ਨੇ ਖੇਤੀ ਵਾਸਤੇ, ਸਾਡੇ ਕੋਲ ਆਹ ਹੁਣ ਨੌਕਰ ਚਾਕਰ ਹੋਣੇ ਚਾਹੀਦੇ ਨੇ, ਕਿੰਨੇ ਤੁਹਾਡੇ ਕੋਲ ਬੰਦੇ ਨੇ, ਫਿਰ ਤੁਸੀਂ ਦਿਲ ਛੱਡ ਜਾਂਦੇ। ਪਰ ਇਹਨਾਂ ਦਾ ਦਿਲ ਵੇਖੋ, ਆਹ ਵੇਖੋ, ਇੱਥੇ ਕੋਈ ਟਰੈਕਟਰ ਨਹੀਂ, ਕੋਈ ਕੁਛ ਨਹੀਂ, ਪਰਮਾਤਮਾ ਨੇ ਇਹਨਾਂ ਲੋਕਾਂ ਨੂੰ ਇੰਨੀ ਤਾਕਤ ਦਿੱਤੀ ਹੈ ਵੀ ਆਹ ਵੇਖੋ ਆਹ ਕਿੰਨੀ ਸੋਹਣੀ ਖੇਤੀ ਹੈ। ਵੀਰ ਜੀ ਜਿਹੜਾ ਆਪਾਂ ਹਿਮਾਚਲ ਦੇ ਆਲੂ, ਹਿਮਾਚਲ ਦੀ ਆਹ ਚੀਜ਼, ਹਿਮਾਚਲ ਦੀ ਆਹ ਚੀਜ਼ ਆਪਾਂ ਸੋਚਦੇ ਵੀ ਕਿਵੇਂ ਆਉਂਦੀ ਹੈ, ਉਹ ਭਾਅ ਜੀ ਇਵੇਂ ਹੁੰਦੀ ਹੈ। ਕਿਸ ਸਟੈਪ ਵਾਜ ਕਰਦੇ ਨੇ ਖੇਤੀ, ਇਹਨਾਂ ਨੇ ਕੁਦਰਤ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਜਿਵੇਂ ਆਪਾਂ ਕੰਪਿਊਟਰ ਕਰਾ ਫੇਰ ਉਹਨੂੰ ਸਵਾਰਾ ਕਰ। ਹਾਂਜੀ ਆਹ ਦੇਖੋ ਜੀ, ਅੱਜ ਆਏ ਹੋਏ ਹਾਂ ਹਿਮਾਚਲ ਦੇ ਵਿੱਚ, ਔਰ ਕਿੰਨੀ ਸੋਹਣੀ ਗਰੀਨਰੀ ਹੈ ਆਹ ਦੇਖ ਸਕਦੇ ਹੋ ਤੁਸੀਂ। ਇੱਥੋਂ ਦਾਏ ਬਾਏ ਜਿਵੇਂ ਆ ਮੇਰਾ ਵੱਡਾ ਵੀ ਦਿਖਾ ਰਿਹਾ ਤੁਹਾਨੂੰ, ਇੱਥੇ ਸਟੈਪਿੰਗ ਖੇਤੀ ਵੀ ਹੈ, ਜਿਹੜਾ ਸਟੈਪਿੰਗ ਐਗਰੀਕਲਚਰ ਚਲਾਉਂਦੇ ਨੇ ਲੋਕ ਹਿਮਾਚਲ ਦੇ ਵਿੱਚ, ਵਿੱਚ ਘਰ ਵੀ ਵਸੇ ਹੋਏ ਆ, ਵਿੱਚ ਸਬਜ਼ੀਆਂ ਵੀ, ਹਰ ਚੀਜ਼ ਅਵੇਲੇਬਲ ਹੈ ਇਹਨਾਂ ਦੇ ਕੋਲ ਆਪਣੀ। ਔਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਦੀਆਂ ਉਗਾਈਆਂ ਹੋਈਆਂ ਸਬਜ਼ੀਆਂ ਅਸੀਂ ਥੱਲੇ ਵਾਲੇ ਹਰਿਆਣੇ ਪੰਜਾਬ ਜਾਂ ਜਿਵੇਂ ਵੀ ਥੱਲੇ ਜਾਂਦੇ ਹਾਂ ਉਹ ਖਾਂਦੇ ਹਾਂ। ਅਤੇ ਜੇ ਇਹ ਇੰਨਾ ਕੁਛ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਹੁਣ ਇੱਕ ਮੁਹਿੰਮ ਚੱਲੀ ਹੋਈ ਹੈ ਕਿ ਪੌਦੇ ਲਗਾਓ ਅਤੇ ਆਪਣਾ ਜ਼ਿੰਦਗੀ ਬਚਾਓ, ਅਤੇ ਇਹ ਹਰ ਲੈਵਲ 'ਤੇ ਚੱਲੀ ਹੋਈ ਹੈ, ਅਫੀਸ਼ੀਅਲ ਤੌਰ 'ਤੇ ਵੀ ਚੱਲੀ ਹੋਈ ਹੈ। ਅਤੇ ਮੇਰਾ ਇੱਕ ਨਿਵੇਦਨ ਹੈ ਸਾਰੇ ਭਰਾਵਾਂ ਨੂੰ ਵੀ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਨੇ, ਔਰ ਖਾਸ ਕਰਕੇ ਅਸੀਂ ਜਿਹੜੇ ਅਸੀਂ ਪੌਦੇ ਕੱਟ ਦਿੰਦੇ ਹਾਂ ਸਿਰਫ ਛਾਂ ਵਾਸਤੇ ਨਹੀਂ, ਫਲਦਾਰ ਵੀ ਲਾਓ, ਸਾਰੇ ਲਾਓ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿੰਨਾ ਚਿਰ ਇਹ ਨੇ ਉੰਨਾ ਚਿਰ ਸਾਡੀ ਲਾਈਫ ਹੈ, ਅਦਰਵਾਈਜ਼ ਸਾਡੀ ਲਾਈਫ ਹੈ ਹੀ ਨਹੀਂ, ਇਹਨਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ। ਇਸ ਲਈ ਇਹਨਾਂ ਨੂੰ ਬਚਾਓ ਔਰ ਲਗਾਓ ਵੀ ਜ਼ਰੂਰ।